ਐਮਐਲਏ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਸਾਥੀ ਚੋਣ ਪ੍ਰਚਾਰ ਦੌਰਾਨ ਆਪਣੇ ਦਿਲ ਦੀਆਂ ਗੱਲਾਂ ਕਰਨ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸੁਣਨ ਲਈ ਵਾਰਡ ਨੰਬਰ 72, 73 ਅਤੇ 75 ਭਾਈ ਰਣਧੀਰ ਸਿੰਘ ਨਗਰ, ਰਾਜਗੁਰੂ ਨਗਰ ਅਤੇ ਸਰਾਭਾ ਨਗਰ ਦੇ ਸਾਰੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਪਹੁੰਚੇ, ਜਿਸ ਦਾ ਪ੍ਰਬੰਧ ਅਤੇ ਅਗਵਾਈ ਸਰਦਾਰ ਪਵਨਦੀਪ ਸਿੰਘ, ਇਲਾਕਾ ਨਿਵਾਸੀ ਅਤੇ ਸਾਥੀਆਂ ਵੱਲੋਂ ਕੀਤੀ ਗਈ। ਆਉਂਦੀਆਂ ਚੋਣਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਬੈਂਸ ਸਾਹਿਬ ਨੂੰ ਲੋਕਾਂ ਵੱਲੋਂ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ ਅਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਇਲਾਕਾ ਨਿਵਾਸੀਆਂ ਨੂੰ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਿੱਲੀ ਪਾਰਲੀਮੈਂਟ ਲੋਕ ਸਭਾ ਚ ਪਹੁੰਚਾਉਣ ਦਾ ਵਾਅਦਾ ਕੀਤਾ। ਵਾਰਡ ਨੰਬਰ 72 ਭਾਈ ਰਣਦੀਪ ਸਿੰਘ ਨਗਰ ਵਿੱਚ ਆਏ ਸੀਗੇ ਅਤੇ ਇੱਥੇ ਦੇ ਇਲਾਕਾ ਨਿਵਾਸੀ ਹੋ ਗਏ ਵਾਰਡ ਨੰਬਰ 73, 75, ਰਾਜਗੁਰੂ ਨਗਰ, ਸਰਾਭਾ ਨਗਰ, ਰਣਦੀਪ ਸਿੰਘ ਨਗਰ, ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਅਤੇ ਇੱਥੇ ਬੈਂਸ ਸਾਹਿਬ ਆਏ ਸੀ ਅਤੇ ਉਹਨਾਂ ਨੇ ਆਪਣੀਆਂ ਗੱਲਾਂ ਕੀਤੀਆਂ ਬੈਂਸ ਸਾਹਿਬ ਨੇ ਸਿਮਰਜੀਤ ਜੀ ਨੇ ਅਤੇ ਲੋਕਾਂ ਨਾਲ ਕਾਫੀ ਮਤਲਬ ਅੱਛਾ ਇੰਟਰੈਕਸ਼ਨ ਹੋਇਆ, ਅੱਛੀ ਗੱਲਬਾਤ ਹੋਈ ਆਪਸ ਵਿੱਚ। ਸਿਰਫ ਇਹ ਨਹੀਂ ਕਿ ਉਹਨਾਂ ਨੇ ਲੈਕਚਰ ਦਿੱਤਾ ਜਾਂ ਭਾਸ਼ਣ ਦਿੱਤਾ, ਆਪਣੀ ਗੱਲ ਕੀਤੀ, ਉਹਨਾਂ ਨੇ ਪੁੱਛਿਆ ਤੁਸੀਂ ਕੀ ਚਾਹੁੰਦੇ, ਲੋਕਾਂ ਨਾਲ ਇੰਟਰੈਕਸ਼ਨ ਹੋਈ, ਪੂਰੀ ਗੱਲਬਾਤ ਹੋਈ, ਜੋ ਲੋਕਾਂ ਨੇ ਕਿਹਾ ਉਹਨਾਂ ਨੇ ਸੁਣਿਆ, ਇਸ ਤਰੀਕੇ ਨਾਲ ਗੱਲਬਾਤ ਹੋਈ ਅਤੇ ਕਾਫੀ ਕੁਛ ਗੱਲਾਂ ਸੀਗੀਆਂ ਉਹਨਾਂ ਨੇ ਕੀਤੀਆਂ ਇਲਾਕਾ ਨਿਵਾਸੀਆਂ ਨੇ, ਸਿਮਰਜੀਤ ਜੀ ਨੇ ਸੁਣੀਆਂ, ਉਹਨਾਂ ਨੇ ਜਵਾਬ ਦਿੱਤੇ ਕੀ ਕਰਾਂਗੇ ਕਿਸ ਤਰੀਕੇ ਨਾਲ, ਅਤੇ ਉਹਨਾਂ ਨੇ ਕਾਫੀ ਕੁਛ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੀ ਹਰ ਚੀਜ਼ ਨੂੰ ਜੋ ਤੁਸੀਂ ਚਾਹੁੰਦੇ ਹੋ ਅੱਗੇ ਪਹੁੰਚਾਇਆ ਜਾਏਗਾ, ਲੋਕ ਸਭਾ ਦਿੱਲੀ ਵਿੱਚ ਪੰਜਾਬ ਦੀ ਹਰ ਚੀਜ਼ ਨੂੰ ਤੁਹਾਡੀ ਆਵਾਜ਼ ਨੂੰ ਬੁਲੰਦ ਕੀਤਾ ਜਾਏਗਾ ਉੱਥੇ, ਅਤੇ ਇਸ ਤਰੀਕੇ ਨਾਲ ਇਲਾਕਾ ਨਿਵਾਸੀ ਵੀ ਕਾਫੀ ਖੁਸ਼ ਹੈ, ਕਾਫੀ ਸੰਤੁਸ਼ਟ ਨੇ ਉਹਨਾਂ ਤੋਂ। ਬਿਲਕੁਲ ਸਾਰਿਆਂ ਨੇ ਪੂਰਾ ਵਿਸ਼ਵਾਸ ਦਿੱਤਾ ਜੀ, ਪੱਕਾ ਉਹਨਾਂ ਨੇ ਵਾਅਦਾ ਕਹਿ ਲਓ, ਕਸਮ ਕਹਿ ਲਓ, ਮਤਲਬ ਉਸ ਤਰੀਕੇ ਨਾਲ ਗੱਲ ਕੀਤੀ ਕਿ ਅਸੀਂ ਲੈਟਰ ਬਾਕਸ ਨੂੰ ਹੀ ਵੋਟ ਪਾਉਣੀ, ਕਿਉਂਕਿ ਅਸੀਂ ਪਹਿਲਾਂ ਪਾਰਟੀਆਂ ਨੂੰ ਸਭ ਨੂੰ ਦੇਖ ਚੁੱਕੇ ਹਾਂ ਕਿਸ ਤਰੀਕੇ ਨਾਲ ਹੈ। ਉਹ ਕਹਿੰਦੇ ਜੀ ਗੱਲ ਹੈਗੀ ਸੋਚ ਦੀ, ਵੀ ਬੈਂਸ ਸਾਹਿਬ ਦੀ ਸੋਚ ਬਹੁਤ ਅੱਛੀ ਹੈ, ਉਹਨਾਂ ਨੇ ਪੂਰਾ ਕਿਹਾ ਵੀ ਤੁਸੀਂ ਸ਼ੁਰੂ ਤੋਂ ਤੁਹਾਨੂੰ ਦੇਖਦੇ ਆਏ ਹਾਂ, ਤੁਹਾਡੀ ਨੀਅਤ, ਤੁਹਾਡੀ ਸੋਚ ਨੂੰ, ਤੁਹਾਡੀ ਸੋਚ ਨੂੰ ਸਲਾਮ ਹੈ ਅਤੇ ਲੈਟਰ ਬਾਕਸ ਨੂੰ 6 ਨੰਬਰ ਬਟਨ ਦੱਬ ਕੇ ਸਾਰੇ ਵੋਟ ਪਾਉਣਗੇ। ਬਿਲਕੁਲ ਖਰੀ ਉਤਰੇਗੀ ਜੀ, ਬਿਲਕੁਲ ਖਰੀ ਉਤਰੇਗੀ, ਜਿੱਤ ਬਿਲਕੁਲ ਜਿੱਤ ਕੇ ਬੈਂਸ ਜੀ ਆਣਗੇ ਤੇ ਲੁਧਿਆਣੇ ਦੇ MP ਬਣਨਗੇ ਸਾਰੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।